ਬੀਜੇਪੀ ਵਰਕਰਾਂ ਵੱਲੋਂ ਹਰਸਿਮਰਤ ਬਾਦਲ ਦੇ ਵਿਰੋਧ ਤੇ ਭੜਕੇ ਮਜੀਠੀਆ, ਜਾਖੜ ਨੂੰ ਤਿੱਖੇ ਸਵਾਲ ਕੀਤੇ। ਬਠਿੰਡਾ ਏਮਸ ਦੇ ਉਦਘਾਟਨ ਮੌਕੇ ਕਿਸਾਨਾਂ ਦਾ ਮਸਲਾ ਚੁੱਕਣ ਉੱਤੇ ਭਾਜਪਾ ਵਰਕਰਾਂ ਵੱਲੋਂ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦਾ ਵਿਰੋਧ ਕਰਨ ਦੇ ਮਾਮਲੇ ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਤਿੱਖੇ ਸਵਾਲ ਕੀਤੇ ਨੇ। ਉਹਨਾਂ ਨੇ ਇਸ ਸੰਬੰਧੀ ਟਵੀਟ ਕਰਦਿਆਂ ਲਿਖਿਆ ਹੈ ਕਿ ਕੱਲ੍ਹ ਪ੍ਰਧਾਨ ਮੰਤਰੀ ਵੱਲੋਂ ਬਠਿੰਡਾ ਦੇ ਏਮਸ ਹਸਪਤਾਲ ਦੇ ਇੱਕ ਵਿੰਗ ਦਾ ਉਦਘਾਟਨ ਸੀ। ਉੱਥੇ ਗਵਰਨਰ ਪੰਜਾਬ ਵੀ ਮੌਜੂਦ ਸਨ, ਪੰਜਾਬ ਦੇ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਸਣੇ ਹੋਰ ਲੀਡਰ ਵੀ ਸਨ। ਇਸ ਦੌਰਾਨ ਭੈਣ ਜੀ ਹਰਸਿਮਰਤ ਕੌਰ ਬਾਦਲ ਨੇ ਜਿੱਥੇ ਹਸਪਤਾਲ ਦੀ ਗੱਲ ਕੀਤੀ, ਉੱਥੇ ਨਾਲ ਹੀ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ। ਉਹਨਾਂ ਨੇ ਮੁੱਦਾ ਉਠਾਇਆ ਕਿ ਹਰਿਆਣਾ ਦੀ ਸਰਕਾਰ ਬਾਰਡਰ ਉੱਤੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕ ਰਹੀ ਹੈ ਤੇ ਤਸ਼ੱਦਦ ਕਰ ਰਹੀ ਹੈ, ਜਿਸ ਨਾਲ ਸ਼ੁਭਕਰਨ ਤੇ ਹੋਰ ਕਿਸਾਨ ਜਾਨ ਗਵਾ ਚੁੱਕੇ ਨੇ। ਉਸ ਸਮੇਂ ਉੱਥੇ ਜਿਹੜੇ ਆਮ ਲੋਕ ਬੈਠੇ ਸਨ, ਜਿਨ੍ਹਾਂ ਨੇ ਪੰਜਾਬ ਨਾਲ ਹਮਦਰਦੀ ਹੈ, ਉਹਨਾਂ ਇਸ ਗੱਲ ਦਾ ਸਵਾਗਤ ਕੀਤਾ ਤੇ ਜਕਾਰੇ ਛੱਡੇ। ਪਰ ਜਾਖੜ ਸਾਹਿਬ, ਤੁਸੀਂ ਤਾਂ ਕਹਿੰਦੇ ਸੁਣਦੇ ਸੀ ਕਿ ਤੁਸੀਂ ਪਹਿਲਾਂ ਕਿਸਾਨ ਹੋ, ਕੱਲ੍ਹ ਪਤਾ ਨਹੀਂ ਕੀ ਮਜ਼ਬੂਰੀ ਸੀ ਤੁਹਾਡੀ ਕਿ ਭੈਣ ਜੀ ਨੇ ਕਿਸਾਨੀ ਹੱਕ ਦੀ ਗੱਲ ਕੀਤੀ। ਮੈਨੂੰ ਸੀ ਕਿ ਤੁਸੀਂ ਤਾਈਦ ਕਰੋਗੇ, ਤੁਸੀਂ ਉੱਠ ਕੇ ਕਹੋਗੇ ਕਿ ਸਹਿਮਤ ਹੋ, ਪਰ ਉਲਟਾ ਕੱਲ੍ਹ ਤੁਹਾਡੇ ਬੀਜੇਪੀ ਵਰਕਰਾਂ ਨੇ ਕਿਸਾਨੀ ਗੱਲ ਕਰਨ ਤੇ ਭੈਣ ਜੀ ਦਾ ਵਿਰੋਧ ਕੀਤਾ। ਜਾਖੜ ਸਾਹਿਬ, ਮੈਂ ਤੁਹਾਡੇ ਤੋਂ ਆਸ ਕਰਦਾ ਹਾਂ ਕਿ ਜੋ ਤੁਹਾਡੇ ਵਰਕਰਾਂ ਨੇ ਕੀਤਾ ਤੁਸੀਂ ਦੀ ਨਿਖੇਧੀ ਕਰੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸਿੰਘ ਜੀ, ਕੱਲ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਏਮਸ ਹਸਪਤਾਲ ਬਠਿੰਡੇ ਚ ਬਠਿੰਡੇ ਦੇ ਇੱਕ ਵਿੰਗ ਦਾ ਉਦਘਾਟਨ ਸੀ। ਉੱਥੇ ਗਵਰਨਰ ਸਾਹਿਬ ਵੀ ਮੌਜੂਦ ਸਨ, ਪੰਜਾਬ ਭਾਜਪਾ ਦੇ ਪ੍ਰਧਾਨ ਜਾਖੜ ਸਾਹਿਬ ਵੀ ਮੌਜੂਦ ਸਨ, ਹਰਦੀਪ ਪੁਰੀ ਆਨਲਾਈਨ ਤੇ ਮੌਜੂਦ ਸਨ ਤੇ ਹੋਰ ਲੀਡਰ ਵੀ ਸਨ, ਸੋਮ ਪ੍ਰਕਾਸ਼ ਹੋਰ। ਭੈਣ ਜੀ ਨੇ ਜਿੱਥੇ ਹਸਪਤਾਲ ਦੀ ਗੱਲ ਕੀਤੀ, ਜੋ ਬਠਿੰਡੇ ਦੀ ਲੋੜ ਹੈ, ਜੋ ਲੋਕਾਂ ਦੀ ਡਿਮਾਂਡ ਹੈ, ਉਹਦੀ ਗੱਲ ਕੀਤੀ। ਨਾਲ ਹੀ ਭੈਣ ਜੀ ਨੇ, ਹਰਸਿਮਰਤ ਕੌਰ ਬਾਦਲ ਜੀ ਨੇ ਉੱਥੇ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ। ਉਹਨਾਂ ਨੇ ਇਹ ਮੁੱਦਾ ਉਠਾਇਆ ਕਿ ਜੋ ਹਰਿਆਣੇ ਦੀ ਸਰਕਾਰ ਬਾਰਡਰ ਤੇ ਕਿਸਾਨਾਂ ਨੂੰ ਰੋਕ ਰਹੀ ਹੈ, ਦਿੱਲੀ ਜਾਣ ਤੋਂ ਰੋਕ ਰਹੀ ਹੈ, ਤੇ ਜੋ ਤਸ਼ੱਦਦ ਕਰ ਰਹੀ ਹੈ, ਜਿਹਦੇ ਨਾਲ ਸ਼ੁਭਕਰਨ ਤੇ ਹੋਰ ਕਈਆਂ ਦੀ ਡੈਥ ਹੋ ਗਈ ਹੈ, ਉਸ ਮੁੱਦੇ ਨੂੰ ਵੀ ਉੱਥੇ ਉਹਨਾਂ ਨੇ ਉਜਾਗਰ ਕੀਤਾ। ਚਲੋ, ਜਿਹੜੀ ਆਮ ਲੋਕ ਉੱਥੇ ਬੈਠੇ ਸਨ, ਜਿਨ੍ਹਾਂ ਦੀ ਪੰਜਾਬ ਨਾਲ ਹਮਦਰਦੀ ਹੈ, ਉਹਨਾਂ ਨੇ ਇਸ ਗੱਲ ਦਾ ਸਵਾਗਤ ਕੀਤਾ ਤੇ ਜਕਾਰੇ ਵੀ ਛੱਡੇ। ਮਗਰ ਜਾਖੜ ਸਾਹਿਬ, ਮੇਰਾ ਮੈਂ ਤੁਹਾਡੀ ਬੜੀ ਇੱਜ਼ਤ ਤੇ ਕਦਰ ਕਰਦਾ। ਮੈਨੂੰ ਉਹ ਦਿਨ ਵੀ ਯਾਦ ਹੈ ਜਦ ਤੁਸੀਂ ਕਾਂਗਰਸ ਪਾਰਟੀ 'ਚ ਸੌ ਪਹਿਲਾ ਕਿਸਾਨੀ ਅੰਦੋਲਨ ਚੱਲਿਆ ਸੀ, ਤੁਸੀਂ ਜਿੰਨਾ ਭਾਜਪਾ ਦੇ ਖਿਲਾਫ ਤੁਸੀਂ ਬੋਲੇ ਸੀ ਔਰ ਜੋ ਤੁਸੀਂ ਉਹਦਾ ਵਿਰੋਧ ਕੀਤਾ ਸੀ, ਉਹ ਜਗ ਜਾਹਿਰ ਹੈ, ਮੈਂ ਉਹਦੀ ਗੱਲ ਨੂੰ ਦੁਹਰਾਉਂਦਾ ਨਹੀਂ। ਮਗਰ ਮੈਨੂੰ ਬੜਾ ਦੁੱਖ ਲੱਗਿਆ ਕਿਉਂਕਿ ਤੁਸੀਂ ਹਮੇਸ਼ਾ ਇਹ ਕਹਿੰਦੇ ਆਏ ਹੋ, ਮੈਂ ਇੱਕ ਭਾਸ਼ਣ ਨਹੀਂ, ਤੁਹਾਡੇ ਅਨੇਕ ਭਾਸ਼ਣ ਨੇ ਜਿੱਥੇ ਤੁਸੀਂ ਕਹਿੰਦੇ ਹੋ ਤੁਸੀਂ ਪਹਿਲਾਂ ਕਿਸਾਨ ਹੋ, ਮਗਰ ਕੱਲ ਪਤਾ ਨਹੀਂ ਕੀ ਮਜਬੂਰੀ ਹੋਈ ਤੁਹਾਡੀ, ਕਿਉਂਕਿ ਤੁਸੀਂ ਤੁਹਾਡੇ ਪਰਿਵਾਰ ਦਾ, ਤੁਹਾਡਾ ਪਰਸਨਲੀ ਮੈਂ ਬੜਾ ਸਤਿਕਾਰ ਕਰਦਾ। ਮੈਨੂੰ ਆਸ ਸੀ, ਉਮੀਦ ਸੀ ਕਿ ਜਦੋਂ ਭੈਣ ਜੀ ਨੇ ਕਿਸਾਨੀ ਦੇ ਹੱਕ ਦੀ ਗੱਲ ਕੀਤੀ, ਔਰ ਮੈਂ ਇਹਦੇ ਚ ਪੋਲਿਟਿਕਸ ਦੀ ਗੱਲ ਨਹੀਂ ਕਰਦਾ, ਮੈਨੂੰ ਸੀਗਾ ਕਿ ਤੁਸੀਂ ਵੀ ਉਸ ਗੱਲ ਨੂੰ ਤਾਇਦ ਕਰੋਗੇ, ਤੁਸੀਂ ਉੱਠ ਕੇ ਕਹੋਗੇ ਕਿ ਤੁਸੀਂ ਸਹਿਮਤ ਹੋ, ਕੀ ਆ ਫਿਰ ਕੁਰਸੀ ਜਾਂ ਕੋਈ ਵੱਧ ਤੋਂ ਵੱਧ ਕੁਰਸੀ ਖੋ ਲੈਂਦੇ, ਮਗਰ ਐਟਲੀਸਟ ਜਿਹੜੀ ਤੁਹਾਡੀ ਰੂਹ ਦੀ ਆਵਾਜ਼ ਹੈ, ਜਿਹੜੀ ਤੁਹਾਡੀ ਅੰਦਰਲੀ ਆਵਾਜ਼ ਹੈ ਕਿਸਾਨੀ ਦੇ ਹੱਕ ਦੀ, ਉਹ ਬਰਕਰਾਰ ਰਹੀ।
ਔਰ ਜਿਹੜੇ ਲੋਕ ਤੁਹਾਡੇ ਕੁਛ 10-20 ਕਾਰਕੁਨ ਭਾਜਪਾ ਦੇ ਭੈਣ ਜੀ ਦਾ ਵਿਰੋਧ ਕਰਨ ਲੱਗ ਗਏ, ਚਲੋ ਵੱਡੀ ਗਿਣਤੀ ਚ ਲੋਕਾਂ ਨੇ ਸਵਾਗਤ ਕੀਤਾ, ਮਗਰ ਵੀਆ ਨੇ ਥੋੜੀ ਚਮਚੀ ਵੀ ਮਾਰੀ। ਮੈਨੂੰ ਸੀਗਾ ਕਿ ਤੁਸੀਂ ਉਹਨਾਂ ਨੂੰ ਚੁੱਪ ਕਰਾਉਂਦੇ ਤੇ ਕਿੰਨਾ ਇਹ ਗੱਲ ਚੰਗੀ ਮੈਸੇਜ ਜਾਂਦਾ ਕਿ ਜਾਖੜ ਸਾਹਿਬ ਜੰਮੇ ਕਿਸਾਨੀ ਕਿਸਾਨਾਂ ਦੇ ਹੱਕ ਦੀ ਗੱਲ ਕਰਦੇ ਸੀ ਜਦੋਂ ਦੇ ਜੰਮੇ, ਅੱਜ ਵੀ ਕਿਸਾਨਾਂ ਦੇ ਹੱਕ ਚ, ਅਖੀਰਲੇ ਦਮ ਤੱਕ ਕਿਸਾਨਾਂ ਦੇ ਹੱਕ ਚ ਰਹੂੰਗੇ। ਇਸ ਲਈ ਮੈਨੂੰ ਇਹ ਬੜਾ ਮਹਿਸੂਸ ਹੋਇਆ, ਦੇਖੋ ਮੌਕਾ ਇਸ ਲਈ ਭੈਣ ਜੀ ਨੇ ਇਹ ਗੱਲ ਕਰਤੀ ਕਿਉਂਕਿ ਹਰੇਕ ਦੇ ਮਨ ਚ ਦਰਦ ਹੈ, ਮੈਂ ਸਮਝਦਾ ਤੁਹਾਡੇ ਮਨ ਚ ਵੀ ਹੁਣ, ਮਗਰ ਕਿਤੇ ਨਾ ਕਿਤੇ ਕੱਲ ਤੁਹਾਡੀ ਚੁੱਪੀ ਦਾਸ ਨੂੰ ਬੜੀ ਰੜਕੀ। ਮੈਂ ਤਾਂ ਹੁਣ ਵੀ ਤੁਹਾਨੂੰ ਅਪੀਲ ਕਰੂੰਗਾ ਕਿ ਕੁਰਸੀਆਂ ਕਰਸੀਆਂ ਇਹ ਚੀਜ਼ਾਂ ਸਭ ਆਉਂਦੀਆਂ ਜਾਂਦੀਆਂ ਰਹਿਣ, ਮਗਰ ਕਿਸਾਨੀ ਦੇ ਹੱਕ ਚ, ਪੰਜਾਬ ਦੇ ਹੱਕ ਚ ਮੈਂ ਤੁਹਾਨੂੰ ਬੋਲਦੇ ਇੱਕ ਵਾਰੀ ਨਹੀਂ ਅਨੇਕਾਂ ਵਾਰੀ ਜਾਖੜ ਸਾਹਿਬ ਸੁਣਿਆ, ਔਰ ਮੈਂ ਤੁਹਾਡੇ ਭਤੀਜਾ ਸਾਹਿਬ ਨੂੰ ਸੰਦੀਪ ਨੂੰ ਵੀ ਹਮੇਸ਼ਾ ਵੇਖਿਆ, ਤੁਸੀਂ ਜਾਖੜ ਪਰਿਵਾਰ ਕਿਸਾਨੀ ਲਈ ਬੜੀ ਪੈਸ਼ਨੇਟਲੀ ਗੱਲ ਕਰਦਾ। ਸੋ ਮੈਨੂੰ ਆਸ ਸੀ, ਉਮੀਦ ਸੀ, ਮੈਂ ਬੜਾ ਮਹਿਸੂਸ ਕੀਤਾ ਕਿ ਕੱਲ ਜਿਹੜਾ ਚਮਚਿਆਂ ਨੇ ਕਿਸਾਨੀ ਦੇ ਹੱਕ ਚ ਗੱਲ ਕਰਨ ਚ ਭੈਣ ਜੀ ਦਾ ਵਿਰੋਧ ਕੀਤਾ, ਮੈਂ ਜ਼ਰੂਰ ਆਸ ਉਮੀਦ ਕਰੂੰਗਾ ਕਿ ਤੁਸੀਂ ਉਹਨਾਂ ਦੀ ਤਾੜਨਾ ਕਰੋ, ਔਰ ਜਿਹੜੇ ਕਿਸਾਨੀ ਦਾ ਵਿਰੋਧ ਕਰਦੇ ਉਹ ਪੰਜਾਬ ਦੇ ਵਿਰੋਧੀ ਨੇ, ਉਹ ਜੈ ਜਵਾਨ ਜੈ ਕਿਸਾਨ ਦੇ ਵਿਰੋਧੀ ਨੇ, ਔਰ ਮੈਂ ਇਹ ਤੁਹਾਡੇ ਪਰਿਵਾਰ ਤੋਂ ਤੁਹਾਡੇ ਤੋਂ ਇਹ ਆਸ ਰੱਖਦਾ ਕਿ ਪਾਰਟੀਆਂ ਆਪਦੀ ਥਾਂ, ਮਗਰ ਕਿਸਾਨੀ ਮੁੱਦਾ ਜੋ ਪੰਜਾਬ ਦੀ ਧਰਤੀ 'ਤੇ ਅੰਨਦਾਤੇ ਨਾਲ ਹੋ ਰਿਹਾ, ਪੰਜਾਬ ਦੇ ਅੰਨਦਾਤੇ ਨੂੰ ਦਿੱਲੀ ਦੀ ਰਾਜਧਾਨੀ ਤੱਕ ਜਾਣ ਤੋਂ ਰੋਕਿਆ ਜਾ ਰਿਹਾ, ਇਹ ਲੋਕਤੰਤਰ ਦੇ ਖਿਲਾਫ, ਹਰੇਕ ਨਾਗਰਿਕ ਨੂੰ ਹੱਕ ਹੈ ਕਿ ਉਹ ਆਪਦੀ ਰਾਜਧਾਨੀ 'ਚ ਜਾ ਕੇ ਗੱਲ ਕਰੇ। ਇਸ ਲਈ ਮੈਂ ਉਮੀਦ ਕਰਦਾ, ਆਸ ਕਰਦਾ ਕਿ ਤੁਸੀਂ ਕੱਲ੍ਹ ਦੇ ਇਸ ਐਕਸ਼ਨ ਨੂੰ ਭਾਜਪਾ ਦੇ ਵਰਕਰਾਂ ਨੂੰ ਕੰਡੈਮ ਕਰੋਗੇ ਤੇ ਪਹਿਲਾਂ ਵਾਂਗੂ ਕਿਸਾਨੀ ਦੇ ਹੱਕ 'ਚ ਆ ਕੇ ਖਲੋਗੇ। ਜਾਖੜ ਸਾਹਿਬ ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ। Subscribe to One India channel and never miss an update.